प्यारे विद्यार्थियों ते दोस्तों, असी पिछली वीडियो दे विच सभ्याचार दे संकल्प बारे गल कीती सी। उस शब्द बारे जिहड़े जिस शब्द तों असी एक खास संकल्प नूं समझण दी कोशिश करदे हां, कल्चर ते सभ्याचार दो शब्दां नूं असी उहनां दी निरुक्ति नूं जां अंग्रेजी विच कहीए तां एटीमोलॉजी दे राहीं उस शब्द दीआं गहराइयां नूं जाणन दी कोशिश कीती सी कि किवें मुढले तौर ते इह शब्द खेती वास्ते काश्तकारी वास्ते वरत्या जांदा सी ते हौली हौली जिहड़ा मनुखी फितरत मनुखी विवहार दी काश्तकारी वास्ते वरत्या जाण लग पिया, किवें इस दे विच जिहड़ा बस्तीकारां दा दृष्टिकोण यूरोपीयन दृष्टिकोण किवें इस दे विच हावी होया। ते गल आपां जाके खत्म कीती सीगी कल्चरल मटीरियलिज्म दे उपर कि अखीर जिन्हां अर्थां दे विच अजकल असीं सभ्याचार जां कल्चर शब्द नूं वरतदे हाँ, ये अर्थ इस नूं 19वीं सदी दे अखीर दे उपर ते 20वीं सदी दी शुरुआत दे विच मार्क्सवादी चिंतन प्रणाली दे उभार दे नाल मिलने शुरू होए, जिस नूं अजकल असीं कल्चर दे अर्थां दे विच कल्चर जां सभ्याचार समझदे हाँ। हाले भी मैनूं जानकारी है, मैनूं जिन्ना कि मेरा वाह जनतक रूप दे विच पिया कि सभ्याचार जदों शब्द असीं वरतदे हाँ ਤਾਂ ਬਹੁਤ ਵਾਰ ਸਾਡੇ ਮਨ ਦੇ ਵਿੱਚ ਸਿਰਫ ਵਿਰਾਸਤ ਦੀਆਂ ਚੀਜ਼ਾਂ ਹੁੰਦੀਆਂ ਨੇ, ਸਾਡੀ ਲੋਕਧਾਰਾ ਦੇ ਉਹ ਪਹਿਲੂ ਜਿਹੜੇ ਮਨਮੋਹਕ ਹੁੰਦੇ ਨੇ ਉਹਨਾਂ ਨੂੰ ਹੀ ਮਹਿਜ ਅਸੀਂ ਕਈ ਵਾਰ ਸੱਭਿਆਚਾਰ ਦੇ ਅਰਥਾਂ ਦੇ ਵਿੱਚ ਲੈਂਦੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਸਾਡਾ ਸੱਭਿਆਚਾਰ ਵਿਗੜ ਰਿਹਾ ਹੈ ਤਾਂ ਇਸ ਦੇ ਵਿੱਚ ਥੋੜ੍ਹਾ ਜਿਹਾ ਵਿਸਤਾਰ ਹੋ ਕੇ ਅਸੀਂ ਇਸ ਨੂੰ ਜਿਹੜੀਆਂ ਬਦਲ ਰਹੀਆਂ ਕਦਰਾਂ ਕੀਮਤਾਂ ਨੇ ਉਸ ਤੱਕ ਵੀ ਲੈ ਜਾਂਦੇ ਹਾਂ, ਮਨਮੋਹਕ ਵਰਤਾਰਿਆਂ ਤੋਂ ਅੱਗੇ ਇਸ ਨੂੰ ਅਸੀਂ ਆਪਣੇ ਰਿਸ਼ਤਿਆਂ ਤੱਕ ਲੈ ਜਾਂਦੇ ਹਾਂ, ਕਿਉਂਕਿ ਰਿਸ਼ਤਿਆਂ ਦੇ ਵਿੱਚ ਵੀ ਅਸੀਂ ਸੋਚਦੇ ਹੁੰਦੇ ਹਾਂ ਕਿ ਜਿਹੜੀਆਂ ਵਿਰਾਸਤੀ ਕਦਰਾਂ ਕੀਮਤਾਂ ਨੇ ਉਹ ਮਨਮੋਹਕ ਨੇ ਅਤੇ ਨਵੀਆਂ ਕਦਰਾਂ ਕੀਮਤਾਂ ਸ਼ਾਇਦ ਉਨੀਆਂ ਮਨਮੋਹਕ ਨਹੀਂ ਹੈਗੀਆਂ, ਕਿਉਂਕਿ ਉਹ ਪਰੰਪਰਕ ਜੀਵਨ ਸ਼ੈਲੀ ਵਿੱਚ ਜਿਨ੍ਹਾਂ ਦੇ ਸੋਚਣੀ ਦੀਆਂ ਜੜ੍ਹਾਂ ਹੁੰਦੀਆਂ ਨੇ ਉਹਨਾਂ ਨੂੰ ਕਈ ਵਾਰ ਨਵੀਆਂ ਤਬਦੀਲੀਆਂ ਚੰਗੀਆਂ ਨਹੀਂ ਲੱਗਦੀਆਂ। ਇਸ ਤੋਂ ਬਿਨਾਂ ਸੱਭਿਆਚਾਰ ਦਾ ਜਿਹੜਾ ਅਰਥ ਹੈ, ਸੱਭਿਆਚਾਰ ਦਾ ਅਰਥ ਮਹਿਜ ਵਿਰਾਸਤੀ ਕਦਰਾਂ ਕੀਮਤਾਂ ਅਤੇ ਵਿਰਾਸਤੀ ਮਨਮੋਹਕ ਸਿਰਜਣਾਵਾਂ ਤੋਂ ਨਹੀਂ ਹੈਗਾ, ਸੱਭਿਆਚਾਰ ਦਾ ਅਰਥ ਇਸ ਤੋਂ ਵਿਸਤ੍ਰਿਤ ਹੈ। ਅਸੀਂ ਇਹ ਵੀ ਗੱਲ ਕੀਤੀ ਸੀ ਕਿ ਸੱਭਿਆਚਾਰ ਦੇ ਵਿੱਚ ਮਨੁੱਖ ਦੀਆਂ ਸਿਰਜਣਾਵਾਂ ਆਉਂਦੀਆਂ ਨੇ ਜਾਂ ਮਨੁੱਖ ਦੀਆਂ ਸਿਰਜਣਾਵਾਂ ਇਸ ਦੇ ਵਿੱਚ ਸ਼ਾਮਿਲ ਨੇ। ਸੱਭਿਆਚਾਰ ਦੇ ਵਿੱਚ ਵਾਤਾਵਰਣ ਦਾ ਮਨੁੱਖ ਸਿਰਜਿਤ ਭਾਗ ਸ਼ਾਮਿਲ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਸੱਭਿਆਚਾਰ ਵਾਤਾਵਰਣ ਦਾ ਮਨੁੱਖ ਸਿਰਜਿਤ ਭਾਗ ਹੈ। ਤਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਮਨੁੱਖੀ ਆਲੇ ਦੁਆਲੇ ਦੇ ਵਿੱਚ ਉਹ ਸਾਰੀਆਂ ਵਸਤਾਂ, ਸਾਰੇ ਵਰਤਾਰੇ, ਸਾਰੀਆਂ ਵਿਅੰਤਾਂ, ਸਾਰੀਆਂ ਸਮੱਗਰੀਆਂ ਅਤੇ ਪਦਾਰਥ ਸ਼ਾਮਿਲ ਨੇ ਜਿਹੜੇ ਮਨੁੱਖ ਨੇ ਸਿਰਜੇ ਨੇ। ਅਤੇ ਮਨੁੱਖ ਦੀ ਜਿਹੜੀ ਸਿਰਜਣਾ ਇਸ ਨੂੰ ਅਸੀਂ ਦੋ ਤਰ੍ਹਾਂ ਨਾਲ ਲੈ ਸਕਦੇ ਹਾਂ, ਇੱਕ ਤਾਂ ਮਨੁੱਖ ਦੀਆਂ ਸਿਰਜਣਾਵਾਂ ਜਿਹੜੀਆਂ ਹੱਥਾਂ ਦੀ ਕਿਰਤ ਦੇ ਨਾਲ, ਮਨੁੱਖੀ ਕਿਰਤ ਦੇ ਨਾਲ ਸਾਹਮਣੇ ਆਉਂਦੀਆਂ ਨੇ, ਭਾਵ ਸਾਡੇ ਆਲੇ ਦੁਆਲੇ ਦਾ ਉਹ ਹਿੱਸਾ ਜਿਸ ਨੂੰ ਮਨੁੱਖ ਨੇ ਆਪਣੀ ਕਿਰਤ ਦੇ ਰਾਹੀਂ ਪੈਦਾ ਕੀਤਾ, ਉਹ ਸਾਰਾ ਕੁਝ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੁੰਦਾ। ਜਦੋਂ ਅਸੀਂ ਇਹ ਕਹਿੰਦੇ ਹਾਂ ਮਨੁੱਖ ਦੀ ਕਿਰਤ ਨੇ ਜੋ ਕੁਝ ਪੈਦਾ ਕੀਤਾ ਤਾਂ ਉਸ ਦੇ ਵਿੱਚ ਕੁਝ ਤਾਂ ਬਿਲਕੁਲ ਹੀ ਨਵੀਆਂ ਨਿਰੋਲ ਵਸਤਾਂ ਨੇ ਜਿਹੜੀਆਂ ਸਿਰਫ ਮਨੁੱਖ ਰਾਹੀਂ ਹੀ ਪੈਦਾ ਹੋ ਸਕਦੀਆਂ ਸੀ। ਜਿਹੜਾ ਸਾਡੇ ਕੋਲ ਆਸਾ ਸਾਡਾ ਆਲਾ ਦੁਆਲਾ ਹੈਗਾ, ਜਿਹੜੀਆਂ ਇਮਾਰਤਾਂ ਨੇ, ਜੋ ਸਾਡੇ ਕੋਲ ਤਕਨੀਕਾਂ ਨੇ, ਜੋ ਸਾਡੇ ਕੋਲ ਸੰਦ ਸਾਧਨ ਨੇ, ਉਹ ਸਾਰੇ ਸੱਭਿਆਚਾਰ ਦੇ ਵਿੱਚ ਸ਼ਾਮਿਲ ਨੇ। ਪਰ ਇਹਨਾਂ ਤੋਂ ਬਿਨਾਂ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਮੂਲ ਰੂਪ ਦੇ ਵਿੱਚ ਕੁਦਰਤ ਦੇ ਵਿੱਚ ਮੌਜੂਦ ਸੀ, ਪਰ ਮਨੁੱਖ ਨੇ ਉਸ ਨੂੰ ਉਹਨਾਂ ਨੂੰ ਰੂਪਾਂਤਰਿਤ ਕੀਤਾ। ਜਿਵੇਂ ਅਸੀਂ ਖੇਤ ਖਲਿਆਨ ਅਤੇ ਬਾਗ ਜਿਹੜੇ ਹੈਗੇ ਦੇਖਦੇ ਹਾਂ ਤਾਂ ਜਿਹੜੀਆਂ ਉਹ ਚੀਜ਼ਾਂ ਉੱਥੇ ਨੇ, ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਸਮਝ ਲਓ ਕਿ ਉਹ ਜ਼ਿਆਦਾਤਰ ਉਹ ਚੀਜ਼ਾਂ ਨੇ ਜਿਹੜੀਆਂ ਕਿ ਕੁਦਰਤ ਦੇ ਵਿੱਚ ਪਹਿਲਾਂ ਤੋਂ ਉਪਲਬਧ ਸੀ, ਪਰ ਉਹਨਾਂ ਨੂੰ ਅਸੀਂ ਆਪਣੀ ਖਾਸ ਤਰ੍ਹਾਂ ਦੀ ਵਿਉਂਤਬੰਦੀ ਦੇ ਵਿੱਚ ਢਾਲਿਆ ਅਤੇ ਉਹਨਾਂ ਦੀ ਉਪਜ ਨੂੰ ਮਨੁੱਖੀ ਉੱਦਮ ਦੇ ਨਾਲ ਵਧਾਇਆ। ਇਸ ਕਰਕੇ ਜਿਹੜੀਆਂ ਇਹ ਫਸਲਾਂ ਨੇ, ਇਹ ਜਿਹੜੀਆਂ ਚੀਜ਼ਾਂ ਦਾ ਅਸੀਂ ਸੇਵਨ ਕਰਦੇ ਹਾਂ, ਸਾਰੀਆਂ ਚੀਜ਼ਾਂ ਜਿਹੜੀਆਂ ਖਾਂਦੇ ਪੀਂਦੇ ਹਾਂ, ਜੋ ਮਨੁੱਖ ਉਪਜਾਉਂਦਾ, ਉਹ ਸਾਰਾ ਕੁਝ ਵੀ ਸੱਭਿਆਚਾਰ ਦਾ ਹਿੱਸਾ ਬਣ ਜਾਂਦਾ, ਕਿਉਂਕਿ ਮਨੁੱਖ ਉਹਨਾਂ ਨੂੰ ਪਹਿਲੀ ਗੱਲ ਤਾਂ ਉਹਨਾਂ 'ਚ ਚੋਣ ਕਰਦਾ ਕਿ ਕਿਹੜੀਆਂ ਚੀਜ਼ਾਂ ਖਾਣ ਵਾਲੀਆਂ ਨੇ ਅਤੇ ਕਿਹੜੀਆਂ ਨਾ ਖਾਣ ਵਾਲੀਆਂ ਨੇ। ਹਰ ਸੱਭਿਆਚਾਰ ਦੇ ਵਿੱਚ ਇਸ ਦੀ ਵੱਖਰੀ ਵੱਖਰੀ ਚੋਣ ਹੁੰਦੀ ਹੈ ਅਤੇ ਉਸ ਦਾ ਫਿਰ ਉਤਪਾਦਨ ਹੁੰਦਾ, ਉਸ ਦਾ ਫਿਰ ਮਨੁੱਖੀ ਉੱਦਮ ਦੇ ਨਾਲ ਵਿਸ਼ੇਸ਼ ਤਰੀਕੇ ਨਾਲ ਉਤਪਾਦਨ ਹੁੰਦਾ, ਉਹ ਵਸਤਾਂ ਵੀ ਫਿਰ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੋ ਜਾਂਦੀਆਂ ਨੇ। ਇਸ ਤੋਂ ਬਿਨਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਮਨੁੱਖ ਨੇ ਨਾ ਉਹਨਾਂ ਨੂੰ ਸਿਰਜਿਆ, ਨਾ ਮਨੁੱਖ ਨੇ ਆਪਣੇ ਉਤਪਾਦਨ ਵਾਸਤੇ ਉਹਨਾਂ ਨੂੰ ਮੁੜ ਕੇ ਵਿਉਂਤਿਆ ਜਾਂ ਉਸ ਦਾ ਉਤਪਾਦਨ ਵਧਾਇਆ।
ਬਲਕਿ ਉਹਨਾਂ ਨੂੰ ਸੰਭਾਲਿਆ। ਮਸਲਨ ਬਹੁਤ ਸਾਰੇ ਅਜਿਹੇ ਜੰਗਲ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਖਾਸ ਤਰ੍ਹਾਂ ਦੀਆਂ ਜਿਹੜੀਆਂ ਬਨਸਪਤੀ ਦੀਆਂ ਸਪੀਸੀਜ਼ ਨੇ ਉਹਨਾਂ ਨੂੰ ਬਚਾਇਆ ਜਾਂਦਾ, ਜਾਂ ਖਾਸ ਤਰ੍ਹਾਂ ਦੇ ਜੰਗਲ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਜਾਨਵਰਾਂ ਦੀਆਂ ਸਪੀਸੀਜ਼ ਨੂੰ ਬਚਾਇਆ ਜਾਂਦਾ, ਉਹਨਾਂ ਦੀ ਕੰਜ਼ਰਵੇਸ਼ਨ ਕੀਤੀ ਜਾਂਦੀ ਆ। ਅਤੇ ਇਸੇ ਤਰ੍ਹਾਂ ਨਾਲ ਬਹੁਤ ਸਾਰੇ ਪਹਾੜਾਂ ਦੀ ਕੰਜ਼ਰਵੇਸ਼ਨ ਕੀਤੀ ਜਾਂਦੀ ਆ, ਉੱਥੇ ਖਾਸ ਤਰ੍ਹਾਂ ਦਾ ਵਿਧਾਨ ਲਾਗੂ ਕੀਤਾ ਜਾਂਦਾ ਕਿ ਪ੍ਰਕਿਰਤੀ ਨੂੰ ਬੇਮੁਹਾਰੇ ਤਰੀਕੇ ਨਾਲ ਖਤਮ ਨਾ ਕੀਤਾ ਜਾਵੇ ਮਨੁੱਖੀ ਹਿੱਤਾਂ ਦੇ ਵਾਸਤੇ। ਜਦੋਂ ਮਨੁੱਖ ਇਸ ਤਰ੍ਹਾਂ ਨਾਲ ਯਤਨ ਕਰਦਾ ਉਦੋਂ ਵੀ ਉਹ ਚੀਜ਼ਾਂ ਸਾਡੇ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੋ ਜਾਂਦੀਆਂ ਨੇ। ਇਸ ਤੋਂ ਬਿਨਾਂ ਉਹਨਾਂ ਚੀਜ਼ਾਂ ਨੂੰ ਮਨੁੱਖ ਖਾਸ ਤਰ੍ਹਾਂ ਦੀਆਂ ਵੈਲਿਊਜ਼ ਦਿੰਦਾ, ਜਿਵੇਂ ਪਹਾੜਾਂ ਨੂੰ ਖਾਸ ਤਰ੍ਹਾਂ ਦੀ ਵੈਲਿਊ ਦੇਣਾ, ਸਮੁੰਦਰ ਨੂੰ ਖਾਸ ਤਰ੍ਹਾਂ ਦੀ ਵੈਲਿਊ ਦੇਣਾ, ਉਹਦੇ ਨਾਲ ਵਿਸ਼ੇਸ਼ ਤਰ੍ਹਾਂ ਦੇ ਅਰਥ ਜੋੜ ਦਿੰਦਾ। ਮੰਨ ਲਓ ਅਸੀਂ ਜਦੋਂ ਪਹਾੜਾਂ ਦੀ ਕਲਪਨਾ ਕਰਦੇ ਹਾਂ ਤਾਂ ਜਿਹੜਾ ਮੈਦਾਨੀ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਵਾਸਤੇ ਜਿਹੜੀ ਪਹਾੜ ਦੀ ਕਲਪਨਾ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਘੁੰਮਣ ਫਿਰਨ ਦੇ ਵਾਸਤੇ ਜਾਂ ਇੱਕ ਬਹੁਤ ਹੀ ਮਨੋਰਮ ਵਾਤਾਵਰਨ ਦੇ ਵਾਸਤੇ ਅਸੀਂ ਪਹਾੜ ਦੀ ਕਲਪਨਾ ਕਰਦੇ ਹਾਂ, ਜਿਹੜਾ ਆਮ ਕਰਕੇ ਸਾਡੇ ਕੋਲ ਇੱਥੇ ਵਾਤਾਵਰਨ ਹੀ ਹੈਗਾ, ਉਸ ਤੱਕ ਪਹੁੰਚਣ ਲਈ ਅਸੀਂ ਉਸ ਥਾਂ 'ਤੇ ਜਾਂਦੇ ਹਾਂ। ਐਵੇਂ ਸਮੁੰਦਰ ਦੇ ਬੀਚ ਨੇ ਜਿਨ੍ਹਾਂ ਦੇ ਉੱਪਰ ਅਸੀਂ ਜਾ ਕੇ ਨਹਾਉਂਦੇ ਹਾਂ, ਤਾਂ ਇਹ ਚੀਜ਼ਾਂ ਨੂੰ ਮਨੁੱਖ ਆਪਣੇ ਤਰੀਕੇ ਨਾਲ ਅਰਥ ਪ੍ਰਦਾਨ ਕਰ ਦਿੰਦਾ। ਇਸ ਤੋਂ ਬਿਨਾਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਮਨੁੱਖੀ ਹੱਥਾਂ ਦੀ ਕਿਰਤ ਨਾਲ ਤਾਂ ਨਹੀਂ ਸਿਰਜੀਆਂ ਜਾਂਦੀਆਂ ਪਰ ਮਨੁੱਖੀ ਕਲਪਨਾ ਨਾਲ ਸਿਰਜੀਆਂ ਜਾਂਦੀਆਂ ਨੇ। ਬਹੁਤ ਸਾਰੇ ਅਜਿਹੇ ਵਰਤਾਰੇ ਵੀ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਜਿਹੜੇ ਵਰਤਾਰੇ ਮਨੁੱਖ ਦੀ ਕਲਪਨਾ ਦੇ ਨਾਲ ਸਿਰਜੇ ਜਾਂਦੇ ਨੇ। ਹੁਣ ਸੂਰਜ ਅਤੇ ਚੰਦਰਮਾ ਤਾਂ ਭਾਵੇਂ ਮਨੁੱਖ ਨੇ ਨਹੀਂ ਸਿਰਜੇ, ਪਰ ਸੂਰਜ ਅਤੇ ਚੰਦਰਮਾ ਦੇ ਨਾਲ ਆਪਣਾ ਇੱਕ ਵਿਸ਼ੇਸ਼ ਤਰ੍ਹਾਂ ਦਾ ਰਿਸ਼ਤਾ ਮਨੁੱਖ ਨੇ ਸਿਰਜਿਆ। ਜਦੋਂ ਅਸੀਂ ਚੰਦਰਵੰਸ਼ੀ ਸੂਰਜਵੰਸ਼ੀ ਹੋਣ ਦੀਆਂ ਗੱਲਾਂ ਕਰਦੇ ਹਾਂ ਤਾਂ ਜਦੋਂ ਅਸੀਂ ਮਹਾਭਾਰਤ ਰਮਾਇਣ ਦੇ ਵਿੱਚ ਇਸ ਕਿਸਮ ਦੇ ਵੇਰਵੇ ਦੇਖਦੇ ਹਾਂ ਤਾਂ ਸੂਰਜ ਜਿਹੜਾ ਹੈਗਾ ਉਹ ਧਰਤੀ ਦੇ ਉੱਪਰ ਉਤਰਦਾ ਅਤੇ ਇੱਕ ਪੁੱਤਰ ਨੂੰ ਜਨਮ ਦੇਣ ਦੇ ਵਾਸਤੇ ਸੰਭੋਗ ਕਰਦਾ, ਤਾਂ ਇਹ ਜਿਹੜੀ ਸਥਿਤੀ ਹੈਗੀ ਆ ਇਹ ਕਲਪਨਾ ਦੇ ਨਾਲ ਮਨੁੱਖ ਨੇ ਸੂਰਜ ਦੀ ਮੁੜ ਤੋਂ ਸਿਰਜਣਾ ਕੀਤੀ। ਤਾਂ ਇਸ ਤਰੀਕੇ ਨਾਲ ਮਨੁੱਖ ਬਹੁਤ ਸਾਰਾ ਕੁਝ ਕਲਪਨਾ ਨਾਲ ਸਿਰਜਦਾ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਮਨੁੱਖ ਸਿਰਜਦਾ ਜਿਹੜੀਆਂ ਪ੍ਰਗਟ ਅਤੇ ਸਥੂਲ ਰੂਪ ਦੇ ਵਿੱਚ ਅਸੀਂ ਦੇਖ ਨਹੀਂ ਸਕਦੇ, ਉਹ ਸਾਡੀਆਂ ਕਹਾਣੀਆਂ ਦੇ ਵਿੱਚ ਮੌਜੂਦ ਹੁੰਦੀਆਂ ਨੇ। ਬਹੁਤ ਸਾਰੇ ਅਜਿਹੇ ਪਾਤਰ ਸਾਨੂੰ ਸਾਡੇ ਪੁਰਾਣਾਂ ਦੇ ਵਿੱਚ ਸਾਡੇ ਗ੍ਰੰਥਾਂ ਦੇ ਵਿੱਚ ਮਿਲ ਜਾਣਗੇ ਜਿਹੜੇ ਸ਼ਾਇਦ ਕਦੇ ਵੀ ਨਹੀਂ ਹੋਏ, ਪਰੰਤੂ ਮਨੁੱਖ ਨੇ ਉਹਨਾਂ ਨੂੰ ਇਸ ਰੂਪ ਦੇ ਵਿੱਚ ਸਿਰਜਿਆ ਕਿ ਅਸੀਂ ਉਹਨਾਂ ਨੂੰ ਹੋਇਆਂ ਨਾਲੋਂ ਵੀ ਜ਼ਿਆਦਾ ਸੱਚੇ ਮੰਨਦੇ ਹਾਂ। ਤਾਂ ਕਲਪਨਾ ਦੇ ਨਾਲ ਵੀ ਮਨੁੱਖ ਨੇ ਬਹੁਤ ਸਾਰਾ ਕੁਝ ਅਜਿਹਾ ਸਿਰਜਿਆ ਹੋਇਆ ਜਿਹੜਾ ਕਿ ਸਾਡੇ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੋ ਜਾਂਦਾ। ਇਸ ਕਰਕੇ ਜਿਹੜਾ ਸੱਭਿਆਚਾਰ ਹੈ ਉਸਦਾ ਜਿਹੜਾ ਦਾਇਰਾ ਜਾਂ ਉਹਦੇ ਜਿਹੜਾ ਉਹਦਾ ਸਕੋਪ ਹੈ ਉਸਦਾ ਖੇਤਰ ਹੈ ਬਹੁਤ ਵੱਡਾ ਹੈ, ਉਹ ਸਿਰਫ ਵਿਰਾਸਤ ਦੀ ਚੀਜ਼ ਨਹੀਂ ਹੈ। ਅਤੇ ਇਹ ਵੀ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿ ਸੱਭਿਆਚਾਰ ਮਹਿਜ਼ ਪੁਰਾਤਨ ਚੀਜ਼ ਨਹੀਂ ਹੈ, ਪਰੰਪਰਕ ਚੀਜ਼ ਨਹੀਂ ਹੈ। ਜੋ ਚੀਜ਼ਾਂ ਜੋ ਤਬਦੀਲੀਆਂ ਜੀਵਨ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਉਹ ਤਬਦੀਲੀਆਂ ਵੀ ਸੱਭਿਆਚਾਰ ਦਾ ਹਿੱਸਾ ਨੇ। ਜਿਹੜੇ ਪਹਿਰਾਵੇ ਅਸੀਂ ਪਹਿਨਦੇ ਹਾਂ ਭਾਵੇਂ ਕਿ ਉਹ ਪਰੰਪਰਕ ਨਹੀਂ ਹੈਗੇ, ਜਿਹੜੀਆਂ ਕਦਰਾਂ ਕੀਮਤਾਂ ਦੇ ਅਸੀਂ ਅਨੁਸਾਰੀ ਹਾਂ ਜਿਹੜੀਆਂ ਕਿ ਭਾਵੇਂ ਪਰੰਪਰਕ ਨਹੀਂ ਹੈਗੀਆਂ, ਜੋ ਸਾਡੇ ਵਿਵਹਾਰ ਦੇ ਵਿੱਚ ਜੋ ਕੁਝ ਸ਼ਾਮਿਲ ਹੋ ਚੁੱਕੇ ਆ ਉਹ ਸਾਰਾ ਕੁਝ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੁੰਦਾ। ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਅੱਜ ਦੇ ਅਰਥਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਮਤਲਬ ਸਿਰਫ ਜੇ ਪਹਿਰਾਵੇ ਪੱਖੋਂ ਸੋਚੀਏ ਤਾਂ ਕੁੜਤਾ ਪਜਾਮਾ ਅਤੇ ਸਲਵਾਰ ਕਮੀਜ਼ ਅਤੇ ਕੁੜਤੀ ਅਤੇ ਘੱਗਰਾ ਹੀ ਨਹੀਂ ਹੈਗੇ, ਸਗੋਂ ਜੋ ਪਹਿਰਾਵੇ ਅੱਜ ਸਾਡੇ ਨੌਜਵਾਨ ਮੁੰਡੇ ਕੁੜੀਆਂ ਪਹਿਨ ਰਹੇ ਨੇ ਉਹ ਵੀ ਪੰਜਾਬੀ ਸੱਭਿਆਚਾਰ ਦੇ ਵਿੱਚ ਹੀ ਆਉਂਦੇ ਨੇ, ਕਿਉਂਕਿ ਇਹਨਾਂ ਪਹਿਰਾਵਿਆਂ ਨੂੰ ਵੀ ਪੰਜਾਬੀ ਬੰਦੇ ਨੇ ਆਪਣੇ ਤਰੀਕੇ ਨਾਲ ਆਪਣੀਆਂ ਲੋੜਾਂ ਦੇ ਮੁਤਾਬਕ ਰੂਪਾਂਤਰਿਤ ਕਰਕੇ ਪਹਿਨਣਾ ਸ਼ੁਰੂ ਕੀਤਾ। ਇਸ ਕਰਕੇ ਸੱਭਿਆਚਾਰ ਹਮੇਸ਼ਾ ਇੱਕ ਬਦਲਦਾ ਹੋਇਆ ਵਰਤਾਰਾ ਹੈ ਜਿਸ ਨੂੰ ਅਸੀਂ ਮਹਿਜ਼ ਪੁਰਾਤਨ ਚੀਜ਼ਾਂ ਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ। ਇਸ ਕਰਕੇ ਸੱਭਿਆਚਾਰ ਦੇ ਵਿੱਚ ਕਿਹਾ ਜਾਂਦਾ ਕਿ ਮੁੱਖ ਤੌਰ 'ਤੇ ਤਿੰਨ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ, ਉਹ ਤਿੰਨ ਵਰਤਾਰੇ ਸ਼ਾਮਿਲ ਹੁੰਦੇ ਨੇ। ਇੱਕ ਉਹ ਵਰਤਾਰੇ ਜਿਹੜੇ ਕਿ ਹੌਲੀ ਹੌਲੀ ਖਤਮ ਹੋ ਰਹੇ ਨੇ, ਹੌਲੀ ਹੌਲੀ ਨਿਘਾਰ ਵੱਲ ਜਾ ਰਹੇ ਨੇ ਜਾਂ ਜਿਨ੍ਹਾਂ ਦੀ ਅਹੁਦ ਖਤਮ ਹੋ ਚੁੱਕੀ ਹੈ। ਦੂਸਰੇ ਉਹ ਵਰਤਾਰੇ ਜਿਹੜੇ ਕਿ ਹਾਲੇ ਟਿਕੇ ਹੋਏ ਨੇ, ਜਿਨ੍ਹਾਂ ਦੀ ਅਹੁਦ ਹਾਲੇ ਲਮੇਰੀ ਹੈ, ਜਿਹੜੇ ਸਥਾਪਿਤ ਹੋ ਚੁੱਕੇ ਨੇ, ਜਿਹੜੇ ਕਿ ਸਰਬ ਪ੍ਰਵਾਨਿਤ ਵਰਤਾਰੇ ਨੇ, ਵਿਆਪਕ ਤੌਰ 'ਤੇ ਜਿਨ੍ਹਾਂ ਦੇ ਅਨੁਸਾਰ ਮਨੁੱਖ ਚੱਲਦਾ, ਉਹ ਸਾਰੇ ਵਰਤਾਰੇ ਦੂਸਰੇ ਨੰਬਰ 'ਤੇ ਆਉਂਦੇ ਨੇ। ਤੀਸਰੇ ਨੰਬਰ 'ਤੇ ਉਹ ਵਰਤਾਰੇ ਆਉਂਦੇ ਨੇ ਜਿਹੜੇ ਕਿ ਜਿਹੜੇ ਵਰਤਾਰੇ ਨਵੇਂ ਨਵੇਂ ਹੋਣ ਦੇ ਵਿੱਚ ਆ ਰਹੇ ਨੇ, ਨਵੇਂ ਨਵੇਂ ਰੁਝਾਨ, ਨਵੀਆਂ ਨਵੀਆਂ ਚੀਜ਼ਾਂ, ਨਵੀਆਂ ਨਵੀਆਂ ਕਦਰਾਂ ਕੀਮਤਾਂ, ਨਵੇਂ ਬਿੰਬ, ਨਵੇਂ ਤਰ੍ਹਾਂ ਦੇ ਝੁਕਾਅ, ਇਹ ਸਾਰੇ ਵੀ ਉਹ ਸੱਭਿਆਚਾਰ ਦਾ ਹਿੱਸਾ ਹੀ ਹੁੰਦੇ ਨੇ ਜਿਸ ਸੱਭਿਆਚਾਰ ਨੂੰ ਅਸੀਂ ਜਿਉਂ ਰਹੇ ਹੁੰਦੇ ਹਾਂ, ਉਹ ਸੱਭਿਆਚਾਰ ਤੋਂ ਬਾਹਰੀ ਨਹੀਂ ਹੁੰਦੇ। ਜਦੋਂ ਕੋਈ ਨਵੀਂ ਚੀਜ਼ ਕਿਸੇ ਸੱਭਿਆਚਾਰ 'ਚ ਪ੍ਰਵੇਸ਼ ਕਰਦੀ ਹੈ ਤਾਂ ਮੁੱਢਲੇ ਤੌਰ 'ਤੇ ਉਸ ਦਾ ਅਸੀਂ ਵਿਰੋਧ ਕਰਦੇ ਹਾਂ, ਪਰ ਹੌਲੀ ਹੌਲੀ ਉਹ ਚੀਜ਼
ਜੇ ਟਿਕਣ ਵਾਲੀ ਹੁੰਦੀ ਆ ਤਾਂ ਉਹ ਸੱਭਿਆਚਾਰ ਦਾ ਇੱਕ ਮੁਕਾਬਲਤਨ ਸਥਾਈ ਹਿੱਸਾ ਬਣ ਜਾਂਦੀ ਆ। ਸੱਭਿਆਚਾਰ ਦੀ ਦੇ ਮਾਮਲੇ ਦੇ ਵਿੱਚ ਜਦੋਂ ਨਵੀਆਂ ਚੀਜ਼ਾਂ ਆਉਂਦੀਆਂ ਤਾਂ ਸੱਭਿਆਚਾਰ ਇੱਕ ਤਰ੍ਹਾਂ ਦਾ ਇੱਕ ਛੋਟੇ ਬੱਚੇ ਵਰਗਾ ਹੁੰਦਾ ਹੈ ਜਿਹੜਾ ਹਰ ਚੀਜ਼ ਨੂੰ ਮੂੰਹ ਦੇ ਵਿੱਚ ਪਾ ਕੇ ਦੇਖਦਾ ਅਤੇ ਉਸ ਤੋਂ ਬਾਅਦ ਜੇ ਉਹ ਚੀਜ਼ ਉਸ ਨੂੰ ਲੱਗਦਾ ਕਿ ਇਹ ਖਾਣ ਯੋਗ ਨਹੀਂ ਹੈਗੀ, ਉਹ ਹਜ਼ਮ ਕਰਨ ਯੋਗ ਨਹੀਂ ਹੈਗੀ, ਤਾਂ ਬੱਚਾ ਉਸ ਨੂੰ ਆਪਣੇ ਮੂੰਹ ਦੇ ਵਿੱਚੋਂ ਬਾਹਰ ਕੱਢ ਕੇ ਸੁੱਟ ਦਿੰਦਾ। ਸੱਭਿਆਚਾਰ ਦੇ ਨਾਲ ਵੀ ਇਸੇ ਤਰ੍ਹਾਂ ਹੁੰਦਾ। ਬਹੁਤ ਸਾਰੀਆਂ ਨਵੀਆਂ ਚੀਜ਼ਾਂ, ਖਾਸ ਕਰਕੇ ਆਧੁਨਿਕ ਸਮੇਂ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਬਾਹਰੋਂ ਸਾਡੇ ਕੋਲ ਆਉਂਦੀਆਂ ਨੇ, ਅਸੀਂ ਕਈ ਵਾਰ ਉਹਨਾਂ ਨੂੰ ਬਹੁਤ ਕਾਲੇ ਹੋ ਕੇ ਉਹਨਾਂ ਚੀਜ਼ਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰੰਤੂ ਜਦੋਂ ਲੱਗਦਾ ਕਿ ਸੱਭਿਆਚਾਰ ਦੀ ਸਾਡੀ ਮੂਲ ਬਣਤਰ ਦੇ ਵਿੱਚ ਠੀਕ ਤਰੀਕੇ ਨਾਲ ਨਹੀਂ ਸਮਾ ਸਕਦੀਆਂ ਤਾਂ ਅਸੀਂ ਉਸ ਚੀਜ਼ ਦਾ ਤਿਆਗ ਕਰ ਦਿੰਦੇ ਹਾਂ। ਇਸ ਤਰ੍ਹਾਂ ਦੀਆਂ ਬਹੁਤ ਉਦਾਹਰਨਾਂ ਲਈਆਂ ਜਾ ਸਕਦੀਆਂ ਨੇ। ਮਸਲਨ ਅਸੀਂ ਸਾਡੇ ਵਿਆਹਾਂ ਦੇ ਵਿੱਚ ਪਹਿਲਾਂ ਪਹਿਲ ਜਿਹੜੇ ਡੀ ਜੇ ਵਾਲੇ ਨੇ ਉਹਨਾਂ ਨੇ ਇਸ ਕਿਸਮ ਦੇ ਨਾਚ ਪੇਸ਼ ਕਰਨੇ ਸ਼ੁਰੂ ਕੀਤੇ, ਜਿਹੜੇ ਨਾਚ ਕੇ ਜਿਨ੍ਹਾਂ ਦੇ ਵਿੱਚ ਨਗਨਤਾ ਹੁੰਦੀ ਸੀ, ਜਿਨ੍ਹਾਂ ਦੇ ਵਿੱਚ ਕਦੇ ਕਦੇ ਅਸ਼ਲੀਲਤਾ ਹੁੰਦੀ ਸੀ, ਅਤੇ ਫਿਲਮੀ ਗਾਣਿਆਂ ਦੇ ਉੱਪਰ ਕੁਛ ਇਹੋ ਜਿਹੇ ਨਾਚ ਅਤੇ ਇਹੋ ਜਿਹੇ ਪਹਿਰਾਵੇ ਦੇ ਵਿੱਚ ਕੁੜੀਆਂ ਨੱਚਦੀਆਂ ਸੀ, ਅਸੀਂ ਉਹ ਦੇਖਦੇ ਸੀ, ਪਰ ਹੌਲੀ ਹੌਲੀ ਉਹਨਾਂ ਦਾ ਆਵਰਤਨ ਘੱਟ ਗਿਆ। ਉਹ ਉਨੀਆਂ ਨਜ਼ਰ ਆਉਣੀਆਂ ਬੰਦ ਹੋ ਗਈਆਂ ਜਿੰਨੀਆਂ ਕਿ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਨਜ਼ਰ ਆਉਂਦੀਆਂ ਸੀ। ਉਹਦੀ ਥਾਂ ਦੇ ਉੱਪਰ ਸਧਾਰਨ ਜਿਹੜੇ ਪੂਰੇ ਪਹਿਰਾਵੇ ਨਾਲ ਅਸੀਂ ਉਸ ਕਿਸਮ ਦੇ ਨਾਚ ਦੇਖਣ ਲੱਗ ਪਏ ਜਿਹੜੇ ਕਿ ਆਮ ਕਰਕੇ ਕਹੀਏ ਕਿ ਆਮ ਸਧਾਰਨ ਪਹਿਰਾਵੇ ਵਾਲੇ, ਕੁੜਤੇ ਪਜਾਮੇ ਵਾਲੇ, ਜਿਹਦੇ ਵਿੱਚ ਗਿੱਧਾ ਪਾਇਆ ਜਾ ਸਕਦਾ, ਜਿਹਦੇ ਵਿੱਚ ਨੱਚਿਆ ਟੱਪਿਆ ਜਾ ਸਕਦਾ, ਉਸ ਕਿਸਮ ਦੇ ਜਿਹੜੇ ਨਾਚ ਨੇ ਉਹ ਸਾਡੇ ਵਿਆਹਾਂ ਦੇ ਉੱਪਰ ਡੀ ਜੇ ਵਾਲੇ ਉੱਥੇ ਇਸ ਕਿਸਮ ਦੇ ਨਾਚ ਪੇਸ਼ ਕਰਨ ਲੱਗ ਪਏ। ਤਾਂ ਇਹਦਾ ਮਤਲਬ ਮੁੱਢਲੇ ਤੌਰ 'ਤੇ ਜੋ ਚੀਜ਼ ਆਈ ਸੀ ਉਹ ਲੱਗਿਆ ਸਾਨੂੰ, ਅਸੀਂ ਕਿ ਜਨਤਕ ਤੌਰ 'ਤੇ ਸਮੂਹਿਕ ਤੌਰ 'ਤੇ ਸ਼ਾਇਦ ਉਸ ਨੂੰ ਨਹੀਂ ਅਪਣਾ ਸਕਦੇ, ਅਤੇ ਉਸ ਦੀ ਬਜਾਏ ਅਸੀਂ ਇੱਕ ਉਹ ਚੀਜ਼ ਅਪਣਾ ਲਈ ਜਿਹੜੀ ਕਿ ਅਸੀਂ ਸਮੂਹਿਕ ਤੌਰ 'ਤੇ ਜਨਤਕ ਤੌਰ 'ਤੇ ਜਿਸ ਦਾ ਆਨੰਦ ਲੈ ਸਕਦੇ ਸੀ। ਇਹ ਨਹੀਂ ਕਿ ਉਹਨਾਂ ਚੀਜ਼ਾਂ ਦਾ ਅਸੀਂ ਵਿਅਕਤੀਗਤ ਤੌਰ 'ਤੇ ਆਨੰਦ ਲੈਣਾ ਬੰਦ ਕਰਤਾ, ਪਰ ਸਾਡੇ ਸਮੂਹਿਕ ਸਪੇਸ ਦੇ ਉੱਪਰੋਂ, ਸਮੂਹਿਕ ਸਥਲ ਦੇ ਵਿੱਚੋਂ ਉਹ ਚੀਜ਼ਾਂ ਮੁਕਾਬਲਤਨ ਹੌਲੀ ਹੌਲੀ ਗਾਇਬ ਹੋ ਗਈਆਂ। ਤਾਂ ਇਸ ਤਰ੍ਹਾਂ ਨਾਲ ਸੱਭਿਆਚਾਰ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜੀ ਪੁਰਾਤਨ ਦੇ ਨਾਲ ਸੰਬੰਧਿਤ ਹੈ, ਜਿਹੜੀ ਸਿਰਫ ਬੀਤੇ ਨਾਲ ਸੰਬੰਧਿਤ ਹੈ, ਸਗੋਂ ਇਹ ਸਦਾ ਨਵੀਂ ਹੋਣ ਵਾਲੀ ਚੀਜ਼ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਸੱਭਿਆਚਾਰ, ਕੋਈ ਵੀ ਸੱਭਿਆਚਾਰ ਇਸ ਇੱਕੋ ਇੱਕ ਸਮੇਂ ਦੇ ਉੱਪਰ ਮੁਕੰਮਲ ਵੀ ਹੁੰਦਾ, ਪਰ ਨਾਲ ਦੀ ਨਾਲ ਉਹ ਬਦਲ ਵੀ ਰਿਹਾ ਹੁੰਦਾ, ਉਸ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਨੇ, ਉਸ ਦੇ ਵਿੱਚ ਨਵੀਆਂ ਚੀਜ਼ਾਂ ਆ ਰਹੀਆਂ ਹੁੰਦੀਆਂ ਨੇ। ਇਸ ਕਰਕੇ ਜਦੋਂ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇੰਨੀ ਨਿਰਪੇਖ ਰੂਪ ਦੇ ਵਿੱਚ ਸੱਭਿਆਚਾਰ ਦੀ ਗੱਲ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਦੀ ਅਸੀਂ ਕਰਨ ਦੇ ਆਦੀ ਹਾਂ, ਕਿਉਂਕਿ ਅਸੀਂ ਨਵੀਨਤਾ ਨੂੰ ਬਹੁਤ ਸੌਖੇ ਤਰੀਕੇ ਨਾਲ ਸਵੀਕਾਰ ਨਹੀਂ ਕਰਦੇ। ਇਸ ਕਰਕੇ ਅਸੀਂ ਉਸ ਦੇ ਬਾਰੇ ਬਹੁਤ ਨਕਾਰਾਤਮਕ ਕਿਸਮ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਕਈ ਵਾਰ ਨਵੀਆਂ ਕਦਰਾਂ ਕੀਮਤਾਂ, ਨਵੇਂ ਜਿਹੜੇ ਰਿਸ਼ਤਾ ਨਾਤਾ ਪ੍ਰਬੰਧ ਹੋਣ 'ਚ ਆ ਰਿਹਾ ਹੁੰਦਾ, ਉਹ ਪੁਰਾਤਨ ਦੇ ਨਾਲ ਟਕਰਾ ਰਿਹਾ ਹੁੰਦਾ, ਤਾਂ ਪੁਰਾਤਨ ਦੇ ਨਾਲ ਜੱਫਾ ਮਾਰ ਕੇ ਜਿਹੜੇ ਬੈਠੇ ਲੋਕ ਨੇ ਉਹ ਨਵੀਆਂ ਚੀਜ਼ਾਂ ਦੇ ਬਾਰੇ ਹਕਾਰਤ ਨਾਲ ਦੇਖਦੇ ਨੇ ਅਤੇ ਉਹਨਾਂ ਨੂੰ ਰੱਦ ਕਰਦੇ ਨੇ। ਇਸ ਲਈ ਸੱਭਿਆਚਾਰ ਨੂੰ ਇੱਕ ਅਜਿਹੇ ਗਤੀਸ਼ੀਲ ਪ੍ਰਬੰਧ ਦੇ ਤੌਰ 'ਤੇ ਸਮਝਣ ਦੀ ਲੋੜ ਹੈ ਜਿਹੜਾ ਕਿਸੇ ਖਾਸ ਸਮੇਂ ਅਤੇ ਸਥਾਨ ਦੇ ਉੱਪਰ ਕਿਸੇ ਖਾਸ ਸਮੂਹ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਰਿਹਾ ਹੁੰਦਾ, ਤਮਾਮ ਕਿਸਮ ਦੀਆਂ ਜ਼ਰੂਰਤਾਂ ਦੀ ਪੂਰਤੀ, ਉਹਨਾਂ ਦੀਆਂ ਪਦਾਰਥਕ ਜ਼ਰੂਰਤਾਂ ਦੀ ਪੂਰਤੀ, ਉਹਨਾਂ ਦੀਆਂ ਮਾਨਸਿਕ ਜ਼ਰੂਰਤਾਂ ਦੀ ਪੂਰਤੀ, ਉਹਨਾਂ ਦੀਆਂ ਸਹਿਜਾਤਮਕ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੀ ਪੂਰਤੀ ਕਰ ਰਿਹਾ ਹੁੰਦਾ, ਤਾਂ ਇਸ ਤਰ੍ਹਾਂ ਕਰਨ ਕਰਕੇ ਸੱਭਿਆਚਾਰ ਦੇ ਵਿੱਚ ਉਹ ਸਾਰਾ ਕੁਝ ਸ਼ਾਮਿਲ ਹੁੰਦਾ ਜਿਹੜਾ ਕਿ ਕਿਸੇ ਇੱਕ ਸਮੇਂ ਦੇ ਉੱਪਰ ਕਿਸੇ ਸੱਭਿਆਚਾਰ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਲਈ ਅਪਣਾਇਆ ਗਿਆ ਹੁੰਦਾ ਜਾਂ ਸਿਰਜਿਆ ਗਿਆ ਹੁੰਦਾ। ਹੁਣ ਇੱਥੇ ਇਹ ਗੱਲ ਮੈਂ ਨਿਖੇੜ ਦਿਆਂ ਕਿ ਬਹੁਤ ਸਾਰਾ ਕੁਝ ਅਸੀਂ ਦੂਰ ਬਾਹਰੋਂ ਵੀ ਅਪਣਾਉਂਦੇ ਹਾਂ। ਜਦੋਂ ਅਸੀਂ ਅਗਲੇ ਲੈਕਚਰਾਂ ਦੇ ਵਿੱਚ ਗੱਲ ਕਰਾਂਗੇ ਸੱਭਿਆਚਾਰਕ ਤਬਦੀਲੀ ਦੀ, ਤਾਂ ਉਸ ਦੇ ਵਿੱਚ ਇੱਕ ਜਿਹੜੀ ਚੀਜ਼ ਆ ਉਹ ਸੱਭਿਆਚਾਰਕ ਸੰਪਰਕ ਦੇ ਤਹਿਤ ਅਸੀਂ ਵਿਚਾਰਾਂਗੇ ਕਿ ਜਦੋਂ ਇੱਕ ਸੱਭਿਆਚਾਰ ਦੂਜੇ ਸੱਭਿਆਚਾਰਾਂ ਨਾਲ ਭਾਵੇਂ ਖਾਸ ਸਥਲ ਦੇ ਉੱਪਰ, ਖਾਸ ਸਥਾਨ ਦੇ ਉੱਪਰ ਸੰਪਰਕ 'ਚ ਆਵੇ, ਜਾਂ ਜਿਵੇਂ ਅੱਜ ਕੱਲ੍ਹ ਕਿਸੇ ਖਾਸ ਸਥਾਨ ਦੇ ਉੱਪਰ ਦੋ ਸੱਭਿਆਚਾਰਾਂ ਦੇ ਸੰਪਰਕ 'ਚ ਆਉਣ ਦੀ ਬਜਾਏ ਅਸੀਂ ਸਾਈਬਰ ਸਪੇਸ ਦੇ ਉੱਪਰ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਆਉਂਦੇ ਹਾਂ, ਤਾਂ ਇਹ ਸੰਪਰਕ ਦੇ ਰਾਹੀਂ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਲੈਂਦੇ ਵੀ ਹਾਂ ਅਤੇ ਬਹੁਤ ਸਾਰੀਆਂ ਚੀਜ਼ਾਂ ਦਿੰਦੇ ਵੀ ਹਾਂ, ਅਤੇ ਦੂਜੇ ਸੱਭਿਆਚਾਰਾਂ ਤੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਈਆਂ ਜਾਂਦੀਆਂ ਨੇ। ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਾਂਗੇ ਤਾਂ ਉਦੋਂ ਵੀ ਇਹ ਗੱਲ ਨਿਤਾਰੀ ਜਾਊਗੀ ਕਿ ਪੰਜਾਬੀ ਸੱਭਿਆਚਾਰ ਦੀ ਸਿਰਜਣਾ ਮਹਿਜ ਪੰਜਾਬ ਦੇ ਵਿੱਚ ਪੈਦਾ ਹੋਈਆਂ ਚੀਜ਼ਾਂ ਦੇ ਉੱਪਰ ਆਧਾਰਿਤ ਹੀ ਨਹੀਂ ਹੈਗੀ, ਬਹੁਤ ਸਾਰਾ ਕੁਝ ਅਸੀਂ ਬਹੁਤ ਦੁਨੀਆ ਤੋਂ, ਵੱਖ ਵੱਖ ਥਾਵਾਂ ਤੋਂ,
ਲਿਆ ਹੋਇਆ ਅਤੇ ਇਸ ਕਰਕੇ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲ ਇਸ ਰੂਪ ਦੇ ਵਿੱਚ ਸੰਪਰਕ ਰਾਹੀਂ ਆ ਜਾਂਦੀਆਂ ਨੇ। ਐਵੇਂ ਹੀ ਕੁਝ ਚੀਜ਼ਾਂ ਜਿਹਨੂੰ ਡਿਫਿਊਜ਼ਨ ਜਾਂ ਖਿੰਡਾਓ ਦੇ ਰਾਹੀਂ ਕਹਿੰਦੇ ਹਾਂ ਅਸੀਂ ਕਿ ਬਹੁਤ ਸਾਰਾ ਗਿਆਨ ਸਾਨੂੰ ਡਿਫਿਊਜ਼ ਹੋ ਕੇ ਸਾਡੇ ਤੱਕ ਕੱਪੜ ਜਾਂਦਾ, ਇਸ ਕਰਕੇ ਉਹ ਚੀਜ਼ਾਂ ਵੀ ਸਾਡੇ ਕੋਲ ਸਾਡੇ ਸੱਭਿਆਚਾਰ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ, ਸਾਡੀਆਂ ਆਪਣੀਆਂ ਸਿਰਜੀਆਂ ਹੋਈਆਂ ਚੀਜ਼ਾਂ ਅਤੇ ਦੂਜੇ ਸੱਭਿਆਚਾਰਾਂ ਦੇ ਨਾਲ ਸੰਪਰਕ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਅਸੀਂ ਅਪਣਾ ਲਈਆਂ, ਜਿਹੜੀਆਂ ਭਾਵੇਂ ਵਿਆਪਕ ਤੌਰ 'ਤੇ ਅਪਣਾ ਲਈਆਂ ਭਾਵੇਂ ਅੰਸ਼ਕ ਤੌਰ 'ਤੇ ਅਪਣਾ ਲਈਆਂ, ਉਹ ਸਾਰੀਆਂ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਜਾਂਦੀਆਂ ਨੇ। ਇਸ ਕਰਕੇ ਸੱਭਿਆਚਾਰ ਨੂੰ ਵਿਆਪਕ ਅਰਥਾਂ ਦੇ ਵਿੱਚ ਲੈਣ ਦੀ ਲੋੜ ਹੈ। ਸੱਭਿਆਚਾਰ ਨੂੰ ਮਹਿਜ ਇੱਕ ਸਥਿਰ ਖੜ੍ਹੀ ਹੋਈ ਖੜੋਤ ਦੀ ਸ਼ਿਕਾਰ ਵਿਰਾਸਤੀ ਪੁਰਾਤਨ ਬਣਤਰ ਦੇ ਤੌਰ 'ਤੇ ਜੇ ਅਸੀਂ ਲਵਾਂਗੇ ਤਾਂ ਇਸ ਦੇ ਨਾਲ ਅਸੀਂ ਸੱਭਿਆਚਾਰ ਨੂੰ ਠੀਕ ਤਰੀਕੇ ਨਾਲ ਨਹੀਂ ਸਮਝ ਰਹੇ ਹੋਵਾਂਗੇ ਅਤੇ ਸਾਡੇ ਜੀਵਨ ਦੇ ਵਿੱਚ ਵੀ ਅਸੀਂ ਆਪਣੇ ਆਪ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਂ ਵੀ ਖੜੀਆਂ ਕਰ ਰਹੇ ਹੋਵਾਂਗੇ। ਜਿਵੇਂ ਅਸੀਂ ਸ਼ੁਰੂ ਦੇ ਵਿੱਚ ਪਹਿਲੇ ਲੈਕਚਰ 'ਚ ਕਿਹਾ ਸੀਗਾ ਕਿ ਮਨੁੱਖ ਦੀਆਂ ਮੁਸ਼ਕਲਾਂ ਦਾ ਜਾਂ ਕਹੀਏ ਕਿਸੇ ਖਾਸ ਕੌਮ ਦੀ ਖਾਸ ਸੱਭਿਆਚਾਰ ਦੇ ਜਾਂ ਮੈਂ ਕਹਿ ਸਕਦਾ ਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਰਹਿ ਰਹੇ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਤਾਲੁਕ ਇਸ ਗੱਲ ਦੇ ਨਾਲ ਹੈ ਕਿ ਸਾਨੂੰ ਕੁਝ ਚੀਜ਼ਾਂ ਬਾਰੇ ਗਿਆਨ ਦੇ ਕੁਝ ਜੁਜ਼ਾਂ ਬਾਰੇ ਸਪਸ਼ਟਤਾ ਨਹੀਂ ਹੈ ਅਤੇ ਜੇ ਅਸੀਂ ਸੱਭਿਆਚਾਰ ਦੇ ਬਾਰੇ ਇਸ ਤਰ੍ਹਾਂ ਸਪਸ਼ਟ ਹੋ ਜਾਈਏ ਕਿ ਹਰ ਕੌਮ ਦਾ ਆਪਣਾ ਇੱਕ ਵੱਖਰਾ ਸੱਭਿਆਚਾਰ ਹੁੰਦਾ ਜਿਹੜੀਆਂ ਉਸ ਦੀਆਂ ਖਾਸ ਸਮੇਂ ਸਥਾਨ ਦੇ ਉੱਪਰ ਲੋੜਾਂ ਦੀ ਪੂਰਤੀ ਕਰ ਰਿਹਾ ਹੁੰਦਾ ਅਤੇ ਲਗਾਤਾਰ ਬਦਲ ਰਿਹਾ ਹੁੰਦਾ ਤਾਂ ਸ਼ਾਇਦ ਅਸੀਂ ਸੱਭਿਆਚਾਰ ਦੇ ਸੰਕਲਪ ਨੂੰ ਬਿਹਤਰ ਤਰੀਕੇ ਨਾਲ ਸਮਝ ਰਹੇ ਹੋਵਾਂਗੇ। ਬਹੁਤ ਬਹੁਤ ਧੰਨਵਾਦ।